ਆਪਾਂ ਬਾਉਂਸਰ ਨਾਲ ਲੈ ਕੇ ਜਾ ਰਹੇ ਹਾਂ ਕਿ ਕੱਲ ਨੂੰ ਕੋਈ ਸਾਨੂੰ ਪੰਗਾ ਪੁੰਗਾ ਲਏਗਾ ਤੇ 1000 ਸਬਸਕ੍ਰਾਈਬਰ ਹੋ ਗਿਆ ਨਾ ਤੇ ਹੁਣ ਪੈਸੇ ਪੁਸੇ ਆਉਣ ਲੱਗ ਪਏ ਤੇ ਫਿਰ ਆਪਾਂ ਬਾਉਂਸਰ ਵੀ ਸੁਣੋ ਜਿੰਨੀ ਦੇਰ ਮੈਂ ਨਾਲ ਆ ਨਾ ਡਰਨਾ ਡੁਰਨਾ ਕਿਸੇ ਕੋਲ ਨਹੀਂ ਬਸ ਦੌੜ ਆਪੋ ਆਪਣੀ ਹੈ ਠੀਕ ਹੈ ਦੌੜ ਲਿਓ ਫਿਰ ਲਾ ਕਿਉਂ ਫਿਰ ਕੋਈ ਆ ਬਹਾਨਾ ਨਾ ਮਾਇਲ ਲਾਏ ਕਿ ਮੈਂ ਆਪਾਂ ਬਾਉਂਸਰ ਨਾਲ ਲੈ ਕੇ ਜਾ ਰਹੇ ਹਾਂ ਕਿ ਕੱਲ ਨੂੰ ਕੋਈ ਸਾਨੂੰ ਪੰਗਾ ਪੁੰਗਾ ਲਏਗਾ ਤੇ 1000 ਸਬਸਕ੍ਰਾਈਬਰ ਹੋ ਗਿਆ ਨਾ ਤੇ ਹੁਣ ਪੈਸੇ ਪੁਸੇ ਆਉਣ ਲੱਗ ਪਏ ਤੇ ਫਿਰ ਆਪਾਂ ਬਾਉਂਸਰ ਵੀ ਆਪਣੇ ਨਾਲ ਰੱਖਦੇ ਹਾਂ 60 ਟੱਚ ਕਰ ਦਿੰਦੀ ਨਾ 6 ਸੈਕਿੰਡ 'ਚ 6-7 ਸੈਕਿੰਡ 'ਚ ਬਹੁਤ ਈਜ਼ੀਲੀ ਟੱਚ ਕੀਤੀ ਹੈ 60 ਅਤੇ ਕਾਫੀ ਵਧੀਆ ਸਾਨੂੰ ਪਾਰਕਿੰਗ ਆਪਣੇ ਘਰ ਫਰੰਟ ਕੇ ਕਰਕੇ ਬਾਹਰ ਹੀ ਲਗਾ ਦੀ ਹੈ ਇਹ ਕੀਤਾ ਠੀਕ ਹੈ ਸੁਣੋ ਜਿੰਨੀ ਦੇਰ ਮੈਂ ਨਾਲ ਆ ਨਾ ਡਰਨਾ ਡੁਰਨਾ ਕਿਸੇ ਕੋਲ ਨਹੀਂ ਬਸ ਦੌੜ ਆਪੋ ਆਪਣੀ ਹੈ ਠੀਕ ਹੈ ਦੌੜ ਲਿਓ ਫਿਰ ਲਾ ਕਿਉਂ ਫਿਰ ਕੋਈ ਆ ਬਹਾਨਾ ਨਾ ਮਾਇਲ ਲਾਏ ਕਿ ਮੈਂ ਅੱਜ ਲੈਗ ਲਾਈ ਦੀ ਆ ਠੀਕ ਹੈ ਠੀਕ ਹੈ ਪਾਰਟੀਆ ਕਹਿੰਦਾ ਹੁੰਦਾ ਨਹੀਂ ਯਾਰ ਮੇਰਾ ਖਾਦਾ ਬਾਹਰ ਆ ਜਾਣਾ ਓਏ ਹੋਏ ਓਏ ਹੋਏ ਪਾਰਟੀਆ ਸਾਹਿਬ ਬਾਏ ਬੜੀ ਬੇਸੁਰ ਲੱਗਣ ਸਿੰਗਰ ਦੀ ਕਿਹੜੇ ਸਿੰਗਰ ਦੀ ਮੈਨੂੰ ਤਾਂ ਸੁਣਾਉਣ ਵੀ ਨਹੀਂ ਦੀ ਗੱਡੀ ਦੀ ਹੈਂਡ ਬ੍ਰੇਕ ਲੱਥ ਗਈ ਉਹਨਾਂ ਨੇ ਪੱਟੇ ਲਾਏ ਆ ਵੀਰੇ ਤੇ ਦੇਖੋ ਚੈੱਕ ਕਰੋ ਯਾਰ ਰਸ਼ ਹੀ ਰਸ਼ ਹੈ ਉਹਨੂੰ ਫੋਲੋ ਕਰ ਦਿੰਦੇ ਤਰੁਣ ਗਿੱਲ ਨੂੰ ਨਹੀਂ ਮੈਂ ਨਹੀਂ ਕਰਦਾ ਫੋਲੋ ਯਾਰ ਬੋਡੀ ਬਣਾਣੀ ਹੈ ਨਾ ਤਰੁਣ ਗਿੱਲ ਪਤਾ ਕੀ ਕਹਿੰਦਾ ਯਾਰ ਤਰੁਣ ਗਿੱਲ ਨੂੰ ਕਰਨਾ ਵਾ ਨਾ ਫੋਲੋ ਉਹ ਸਾਹਿਬ ਨਹੀਂ ਕਰਦਾ ਗਿੱਲ ਨੂੰ ਕਰੀਏ ਜਿਹੜੇ ਵਿਚਾਰੇ ਦਾਰੂ ਛੱਡਣ ਲਈ ਜਿਮ ਜਾਂਦੇ ਆ ਨਾ ਉਹਨਾਂ ਨੇ ਫਿਰ ਦਾਰੂ ਦੇ ਆ ਜਾਣਾ ਯਾਰ ਉਹਨਾਂ ਨੇ ਕਿਹੜਾ ਤਰੁਣ ਗਿੱਲ ਮੋਟੀਵੇਸ਼ਨ ਕੀ ਆਪਣੇ ਕਿੰਨੇ ਪੁਲਿਸ ਵਾਲੇ ਨੇ ਅੱਛਾ ਕੋਈ ਬਦਤਮੀਜੀ ਕਰਦਾ ਨਾ ਇਹਦੀ ਸੁਣਦਾ ਕੌਣ ਹੈ ਸੁਣਦਾ ਕੌਣ ਹੈ ਅੱਜ ਭੰਗੜਾ ਪਏਗਾ ਫਿਰ ਹਾਂਜੀ ਸਰ ਭੰਗੜਾ ਪਾਓਗੇ ਫਿਰ ਹਾਂ ਫਿਰ ਠੀਕ ਹੈ ਆਪਾਂ ਉਹ ਸਨੇਕ ਵਾਲਾ ਨਹੀਂ ਕਰਨਾ ਓਏ ਤੁਸੀਂ ਮੇਰੇ ਬਾਉਂਸਰ ਪਿੱਛੇ ਚੱਲੋ ਭੈ ਚੋ ਯਾਰ ਜੇ ਕੋਈ ਮੈਨੂੰ ਕੁੱਟ ਗਿਆ ਪਿੱਛੋਂ ਪਿੱਛੀ ਓਏ ਦੀਦੀ ਗਾਣਾ ਤੇ ਗਾਣ ਆ ਗਈ ਪਰ ਆਟੋ ਟਿਊਨਰ ਨਹੀਂ ਨਾਲ ਲੈ ਕੇ ਆਈ ਉਹੀ ਤੇ ਗਲਤ ਗੱਲ ਹੈ ਗਾਣਾ ਵਧੀਆ ਗਾ ਰਹੇ ਪਰ ਆਟੋ ਟਿਊਨਰ ਨਹੀਂ ਹੈ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਦੀਦੀ ਚੇਤੇ ਨਾਲ ਲੈ ਕੇ ਆਇਓ ਮੈਂ ਤੁਹਾਨੂੰ ਸਟੋਰੀ 'ਚ ਟੈਗ ਕਰ ਦਾਂਗਾ ਤੇ ਮੈਂਸ਼ਨ ਬੈਗ ਵੀ ਜ਼ਰੂਰ ਕਰਿਓ ਤੁਹਾਡੀ ਇੱਜ਼ਤ ਹੋ ਰਹੀ ਹੈ ਕਿਆ ਬਾਤ ਹੈ ਇਹ ਕੀ ਕਹਿ ਰਿਹਾ ਕਹਿੰਦਾ ਚੱਕੋ ਮਾਮਾ ਚੋਰਾਂ ਵਾਲੇ ਕੰਮ ਹੀ ਕਰਨਾ ਆ ਘਰ ਵੀ ਆਹੀ ਤੇ ਬਾਹਰ ਵੀ ਆਹੀ ਓਏ ਸਪਰਸ਼ ਇਹ ਉਹ ਬੰਦਾ ਜਿਹੜਾ ਜਿਮ 'ਚ ਨਾ 2.5 ਕਿਲੋ ਦੇ ਡੰਬਲ ਚੁੱਕ ਕੇ ਲੈ ਕੇ ਜਾਂਦਾ ਤੇ ਅਸੀਂ ਲੱਭਦੇ ਰਹਿੰਦੇ ਸੀ ਹੋਮ ਅਪ ਕਰਨਾ ਕਿੱਥੇ ਆ ਸਾਨੂੰ ਪਟਾਕੇ ਚਲਾਉਣ ਨੂੰ ਨਹੀਂ ਮਿਲਦੇ ਯਾਰ ਇਹਨਾਂ ਨੂੰ ਕਿਉਂ ਇਹ ਕਿੱਦਾਂ ਕੀ ਇਹ ਗੱਲ ਚੀਟਿੰਗ ਹੈ ਜੇ ਕੌਣ ਹੈ ਗੌਤਮ ਮੇਘਨਾਥ ਹੈ ਪੱਕਾ ਪਤਾ ਹਾਂ ਤੇ ਇਹ ਮੇਘਨਾਥ ਹੈ ਤੇ ਇਹ ਇਹਦੇ ਰਮਨ ਹੀ ਹੋਣਾ ਸੈਂਟਰ ਦਾ ਯੋ ਕਿਉਂ ਕਰਨ ਦਾ ਰਮਨ ਯੋ ਹਣੀ ਸਿੰਘ ਦਾ ਗਾਣਾ ਸੁਣ ਕੇ ਆਇਆ ਅਸੀਂ ਬਹੁਤ ਟੇਢੀ ਲਈ ਹੈ ਯਾਰ ਵੋਲੀਅਮ ਵਨ ਸਨ ਕੇ ਇਸ ਕਾਰੀਗਰ ਕੋ ਹਮ 5 ਲੱਖ ਨਹੀਂ 50 ਲੱਖ ਦੇਗੇ ਉਹ ਵਾਲਾ ਮੀਮ ਪੈਣਾ ਇੱਥੇ ਇਸ ਕਾਰੀਗਰ ਕੋ ਹਮ ਕਿਤਨਾ 50 ਲੱਖ ਦੇਗੇ ਇਹਨੂੰ 50 ਰੁਪਏ ਮਿਲਦਾ ਉਹ ਦੇਖ ਅਰੇ ਸਟੋਰੀ ਇੱਕ ਨਹੀਂ ਬਾਣੀ ਹੁੰਦੀ ਤੇ ਉਧਰੋਂ ਸਟੋਰੀ ਬਣਾਉਂਦਾ ਆ ਰਿਹਾ ਬੰਦਾ ਡਾ ਐ ਸਬਸਕ੍ਰਾਈਬਰ ਸਬਸਕ੍ਰਾਈਬਰ ਓ ਕੈਸੋ ਭਾਈ ਚੰਗਾ ਮਾਮਾ ਟੀਕੇ ਕਰਾ ਤੈਨੂੰ ਮੈਂ ਤੇ ਇਹ ਦੇਖ ਰਾਵਣ ਦੀ ਬਾਵਾ ਕਿੰਨੇ ਮਹੀਨੇ ਹੋ ਗਿਆ ਗੈਸ ਕਰ ਨਹੀਂ ਨਹੀਂ ਟੇਡੀਆਂ ਡੰਬਲ ਪੁੱਠਾ ਚੁੱਕ ਲਿਆ ਸੀ ਉਹਨੇ ਭਰਾ ਅਸੀਂ ਗੱਲਾਂ ਪਾਉਣ ਲਈ ਐਕਸਪਰਟ ਹਾਂ ਪੂਰੇ ਗਾਣਾ ਚੈੱਕ ਕਰੋ ਗਾਣਾ ਛੱਡੋ ਯਾਰ ਪਟਾਕੇ ਚੈੱਕ ਕਰੋ ਓਏ ਘੁੰਮੇਗਾ ਇੱਜ਼ਤ ਹੁੰਦੀ ਹੈ ਕੋਈ ਗੱਲ ਨੀ ਕੋਈ ਗੱਲ ਨੀ ਕਦੀ ਕਦੀ ਹੁੰਦਾ ਵੀ ਤੇ ਪਟਾਕੇ ਚੱਲਣ ਦੀ ਤਿਆਰੀ ਹੈ ਲੱਗਣ ਦੇ ਤੇ ਚਿਹਰਾ ਦੇਖਣਾ ਆ
आ जा मगर तेरे ऊपर बम है। चेक करो हुणे धमाके कितना ब्लास्ट देखे जड़े होने हैं। राहुल भी ने सिफारिश भी पाई अंदर जाने। मैं तो कहना भरा चला अंदर इतो घूम फिर क्या घूम फिर क्या ना एक बार करो। अग लग चुकी है अगले पटाकों भी तो आप थोड़ा का अंदर आ चुके हैं बाकी हम चलिए पता नहीं कदों है। उधर परिक्रमा भी तैयार हो चुके हैं इस साइड अपने सारे भरा ए बया करके आप अंदर आए हैं। राहुल भैया वह बाउंसर अपने मामा कुट गया मैनू ती कि बचाना करमा फक्स यू फक यू करमा ओही बंदा ना जेड़ा कहदा है तुहाडे ते आ गई मेरे ना मैंने मजाक मजूक नहीं करना हैगा पहले कहता करवाती है मैं कहना आती लाती अग सारे कट्ठे नहीं ना चलन दे जो सारे कट्ठे चलन ज्यादा सारे कट्ठे चलन पहले बम्बू बड़ी लागे पहुंच चुके फोटो फोटो खिंचा दी पहले कुड़ी ही सिंगर थे हूँ कोई मुंडा है जावांगे एक बार फोटो फोटो खिंचा के आवांगे। बस थोड़ी देर तक यार अग भी लगन वाली है ते इधर कुछ अलोसमेंट वगैरह चल रही है उन्होंने टाइम भी देता 6:00 कुछ मिनट से अग लड़ी है रवन दहन कर रहा है ते देखा गया इतों व्यू भी बिल्कुल एकदम ना क्लियर आ जाना तो चलो वेट करते हैं थोड़ी जी हजे भी लोग मत्था टेकन जा रहे हैं आप उपर जाने की तैयारी चाहिए आप उपर जाके फोटो भी चाड़ी एक तो उन्नी देर आप इतों तिना का मतलब दहन का आप वीडियो शॉट भी वधिया वधिया ले लाँगे लेनू अग लग चुकी है आप उपर चढ़न की तैयारी हजे भी Oh, my God.
ਤੇ ਹੁਣੇ ਮੇਰਾ ਗਾਣਾ ਬਹੁਤ ਵਾਇਰਲ ਹੋ ਰਿਹਾ ਸਾਰਿਆਂ ਨੇ ਸੁਣਿਆ ਹੈਗਾ ਹਲੇ ਲੜੀ ਲੜੀ ਹਾਂਜੀ ਰਾਵਣ ਅੱਗ ਲੱਗ ਚੁੱਕੀ ਬਾਕੀਆਂ ਨੂੰ ਚੰਗੀ ਤਰ੍ਹਾਂ ਲੱਗੀ ਨੀ ਸ਼ੁਭ ਨੀ ਮੰਨਿਆ ਜਾਂਦਾ ਵੈਸੇ ਤੇ ਕਿ ਅੱਗ ਨਹੀਂ ਲੱਗਦਾ ਬਾਕੀ ਹੋ ਸਕਦਾ ਪਰਾਲੀ ਘੱਟ ਪਈ ਹੋਏ ਜਾਂ ਕੁਛ ਹੈ ਨਾ ਉਹ ਇਸ਼ੂ ਕਰਕੇ ਵੀ ਹੋ ਸਕਦਾ ਕਿ ਅੱਗ ਨਾ ਲੱਗੇ ਬਟ ਦੇਖੋ ਅੱਧੇ ਘੱਟ ਹੀ ਜਲੇ ਆ ਤੇ ਰਾਵਣ ਦਾ ਦੇਖਦੇ ਹਾਂ ਬੰਦਾ ਜਲਦਾ ਚੰਗੀ ਤਰ੍ਹਾਂ ਜਾਂ ਨਹੀਂ अगले साल फिर आयो अज का दिन लेबियां खवावांगे पैसे तुहाडे अपने करो कट्ठी ए चेक करो जी वैगन की कॉपी फोर्स पुरखा नहीं है उन्हें जी वैगन तैयार किया बंपर बंपर चेंज करके टायर चौड़े पा गए ये क्या था सस्ती जी वैगन लो बजट 1300 सीसी